ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਰਾ ਐਡਵੋਕੇਟ ਪ੍ਰਭਜੋਤ ਸਿੰਘ ਤਰਾਹਾ ਅੱਜ ਗੱਲ ਕਰਦੇ ਹਾਂ ਮੈਡੀਕਲ ਫੀਲਡ ਦੀ। ਮੈਡੀਕਲ ਫੀਲਡ ਦੇ ਵਿੱਚ ਇੱਕ ਮੈਡੀਕਲ ਕਾਉਂਸਲ ਆਫ ਇੰਡੀਆ ਵਾ ਜਿਹੜੀ ਕਿ ਮੈਡੀਕਲ ਪ੍ਰੋਫੈਸ਼ਨ ਨੂੰ ਰੈਗੂਲੇਟ ਕਰਦੀ ਆ, ਡਾਕਟਰਾਂ ਨੂੰ ਲਾਇਸੈਂਸ ਦਿੰਦੀ ਆ ਅਤੇ ਡਾਕਟਰਾਂ ਨੂੰ ਡਾਇਰੈਕਸ਼ਨ ਦਿੰਦੀ ਆ ਕਿ ਉਹਨਾਂ ਨੇ ਕਿੱਦਾਂ ਕੰਮ ਕਰਨਾ। ਉਹਨਾਂ ਨੇ ਇੱਕ ਲੈਟਰ ਇਸ਼ੂ ਕੀਤਾ ਸੀਗਾ ਸਾਰੇ ਡਾਕਟਰਾਂ ਵਾਸਤੇ, ਚਾਹੇ ਉਹ ਸਰਕਾਰੀ ਹੋਣ, ਪ੍ਰਾਈਵੇਟ ਹੋਣ, ਚਾਹੇ ਆਪਣਾ ਨਰਸਿੰਗ ਹੋਮ ਹੋਵੇ, ਚਾਹੇ ਕਲੀਨਿਕ ਹੋਮ ਹੋਵੇ, ਜਿਹੜੇ ਵੀ ਕਿ ਆਪਣੇ ਐਲੋਪੈਥੀ ਦਵਾਈਆਂ ਦੇ ਨਾਲ ਸੰਬੰਧਿਤ ਡਾਕਟਰ ਨੇ, ਜਿਨ੍ਹਾਂ ਨੇ ਕਹਿਣ ਤੋਂ ਭਾਵ MBBS ਕਰਨ ਤੋਂ ਬਾਅਦ ਆਪਣਾ ਉਹ ਹੋਸਪਿਟਲ ਚਲਾ ਰਹੇ ਨੇ ਜਾਂ ਕਿਸੇ ਹੋਸਪਿਟਲ ਦੇ ਵਿੱਚ ਕੰਮ ਕਰ ਰਹੇ ਨੇ। ਉਹਨਾਂ ਨੇ ਇੱਕ ਲੈਟਰ ਇਸ਼ੂ ਕੀਤਾ ਸੀਗਾ ਆਪਣਾ 21/4/2017 ਨੂੰ, ਲੈਟਰ ਨੰਬਰ ਹੈਗਾ 104728। ਇਹ ਲੈਟਰ ਇਸ਼ੂ ਹੋਇਆ ਸੀਗਾ ਮੈਡੀਕਲ ਕਾਉਂਸਲ ਆਫ ਇੰਡੀਆ ਵੱਲੋਂ। ਇਹ ਲੈਟਰ ਜਿਹੜਾ ਸੀਗਾ ਸਾਰੇ ਡਾਕਟਰਾਂ ਨੂੰ ਅਤੇ CMO ਨੂੰ ਇਸ਼ੂ ਕੀਤਾ ਸੀਗਾ ਪੂਰੇ ਆਲ ਓਵਰ ਇੰਡੀਆ ਦੇ ਵਿੱਚ। ਇਹਦੇ ਵਿੱਚ ਇਹ ਸੀਗਾ ਕਿ ਕੋਈ ਵੀ ਡਾਕਟਰ ਆ, ਚਾਹੇ ਉਹ ਪ੍ਰਾਈਵੇਟ ਆ ਚਾਹੇ ਉਹ ਸਰਕਾਰੀ ਆ, ਜਦੋਂ ਉਹਦੇ ਕੋਲ ਕੋਈ ਰੋਗੀ ਦਵਾਈ ਲੈਣ ਜਾਂਦਾ ਵਾ ਤਾਂ ਉਹ ਸਿਰਫ ਜੈਨਰਿਕ ਦਵਾਈਆਂ ਲਿਖੂਗਾ, ਕੋਈ ਬ੍ਰਾਂਡਡ ਦਵਾਈਆਂ ਨਹੀਂ ਲਿਖੂਗਾ। ਅਤੇ ਸਾਰਿਆਂ ਨੂੰ ਇਹ ਇੰਸਟਰਕਸ਼ਨ ਦਿੱਤੀ ਗਈ ਸੀ। ਅਤੇ ਈਵਨ ਕਿ ਇਹਦੇ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਵੀ ਜੇ ਕੋਈ ਡਾਕਟਰ ਇਸ ਰੂਲ ਨੂੰ ਜਾਂ ਇਹ ਜੈਨਰਿਕ ਦਵਾਈਆਂ ਜਿਹੜੀਆਂ ਦੇਣੀਆਂ ਨੇ ਇਹਨੂੰ ਨਹੀਂ ਦਊਗਾ ਜਾਂ ਇਹਦੀ ਜਗ੍ਹਾ 'ਤੇ ਕੋਈ ਬ੍ਰਾਂਡਡ ਦਵਾਈਆਂ ਲਿਖੂਗਾ ਅਤੇ ਉਹਦੇ ਖਿਲਾਫ਼ ਜਿਹੜਾ ਹੈਗਾ ਅਸੀਂ ਕਾਰਵਾਈ ਵੀ ਕਰਾਂਗੇ। ਅਤੇ ਕਾਰਵਾਈ ਦੇ ਵਿੱਚ ਉਹਨੂੰ ਜੁਰਮਾਨਾ ਵੀ ਹੋ ਸਕਦਾ, ਉਹਦੇ ਹੋਸਪਿਟਲ ਦਾ ਲਾਇਸੈਂਸ ਵੀ ਕੈਂਸਲ ਹੋ ਸਕਦਾ ਅਤੇ ਉਹਦਾ ਲਾਇਸੈਂਸ ਵੀ ਕੈਂਸਲ ਹੋ ਸਕਦਾ। ਸੋ ਕਾਈਂਡਲੀ ਜਦੋਂ ਵੀ ਤੁਸੀਂ ਦਵਾਈ ਲੈਣ ਜਾਓ ਜਾਂ ਤੁਹਾਨੂੰ ਡਾਕਟਰ ਕੋਈ ਤੁਹਾਨੂੰ ਸਪੈਸੀਫਿਕ ਬ੍ਰਾਂਡ ਕਹੇ ਵੀ ਇਸ ਬ੍ਰਾਂਡ ਦੀ ਦਵਾਈ ਲੈਣੀ ਆ ਜਾਂ ਤੁਹਾਨੂੰ ਕੋਈ ਜੈਨਰਿਕ ਦਵਾਈ ਨਾ ਲਿਖੇ, ਕੋਈ ਤੁਹਾਨੂੰ ਮਹਿੰਗੇ ਬ੍ਰਾਂਡ ਦੀਆਂ ਦਵਾਈਆਂ ਲਿਖੇ, ਤਾਂ ਤੁਸੀਂ ਉਹਦੀ ਕੰਪਲੇਂਟ ਔਨਲਾਈਨ ਮੈਡੀਕਲ ਕਾਉਂਸਲ ਆਫ ਇੰਡੀਆ ਨੂੰ ਜਾਂ ਸਟੇਟ ਕਾਉਂਸਲ ਆਫ ਇੰਡੀਆ ਨੂੰ ਕਰ ਸਕਦੇ ਹੋ। ਅਤੇ ਹੁਣ ਜੇ ਕਈ ਮੇਰੇ ਵੀਰਾਂ ਨੂੰ ਨਹੀਂ ਪਤਾ ਹੋਊ ਵੀ ਇਹ ਜਿਹੜੀ ਦਵਾਈ ਜੈਨਰਿਕ ਆ ਜਾਂ ਇਹ ਬ੍ਰਾਂਡਡ ਦਵਾਈ ਆ, ਤਾਂ ਤੁਸੀਂ ਉਹ ਦਵਾਈ ਤੋਂ ਮੈਡੀਕਲ ਸਟੋਰ ਵਾਲੇ ਤੋਂ ਪੁੱਛ ਸਕਦੇ ਹੋ ਕਿ ਜੈਨਰਿਕ ਆ ਜਾਂ ਇਹ ਬ੍ਰਾਂਡਡ ਆ। ਅਤੇ ਤੁਸੀਂ ਇਸ ਚੀਜ਼ ਦਾ ਧਿਆਨ ਰੱਖੋ ਅਤੇ ਅਵੇਅਰ ਹੋਵੋ। ਅਤੇ ਹੁਣ ਜੇ ਕੋਈ ਤੁਹਾਨੂੰ ਦਵਾਈ ਲੈਣ ਜਾਂਦੇ ਹੋ ਤਾਂ ਤੁਸੀਂ ਡਾਕਟਰ ਜੇ ਤੁਹਾਨੂੰ ਕਹੇ ਕਿ ਇਸ ਕੰਪਨੀ ਦੀ ਉਹ ਲੈਣੀ ਆ, ਤਾਂ ਤੁਸੀਂ ਉਹਨੂੰ ਕਹੋ ਕਿ ਜਿਹੜਾ ਮੈਡੀਕਲ ਕਾਉਂਸਲ ਆਫ ਇੰਡੀਆ ਨੇ ਇਹ ਰੂਲ ਬਣਾਇਆ ਕਿ ਇਹਦੇ ਵਿੱਚ ਤੁਸੀਂ ਸਾਨੂੰ ਨਹੀਂ ਦੱਸਣਾ ਕਿ ਅਸੀਂ ਦਵਾਈ ਕਿਹੜੇ ਬ੍ਰਾਂਡ ਦੀ ਲੈਣੀ ਆ, ਤੁਸੀਂ ਸਾਨੂੰ ਜਾਂ ਸਿਰਫ ਸਲਟ ਲਿਖ ਕੇ ਦਿਓ ਜਾਂ ਸਾਨੂੰ ਕੋਈ ਜੈਨਰਿਕ ਦਵਾਈ ਦਾ ਨਾਮ ਲਿਖ ਕੇ ਦਿਓ, ਅਸੀਂ ਉਹੀ ਦਵਾਈ ਲਵਾਂਗੇ। ਸੋ ਕਾਈਂਡਲੀ ਇਹ ਚੀਜ਼ ਦਾ ਅੱਗੇ ਵਾਸਤੇ ਧਿਆਨ ਰੱਖਿਓ। ਧੰਨਵਾਦ।